ਤਸਵੀਰਾਂ ਨਵਾਂਸ਼ਹਿਰ ਦੇ ਪਿੰਡ ਬੰਡਾਲਾ ਦੇ ਬਾਈਪਾਸ ਦੀਆਂ ਹਨ ਜਿੱਥੇ ਕਿ ਪਰਾਲੀ ਨਾਲ ਭਰੀ ਹੋਈ ਟਰਾਲੀ ਦੀ ਕਾਰ ਦੇ ਨਾਲ ਟੱਕਰ ਹੋਣ ਕਰਕੇ ਅੰਮ੍ਰਿਤਸਰ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨਾਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਿੰਨੋਂ ਮ੍ਰਿਤਕ ਅਟਾਰੀ ਦੇ ਪਿੰਡ ਖਾਸਾ ਦੇ ਨੇੜੇ ਦੇ ਰਹਿਣ ਵਾਲੇ ਸਨ। ਘਟਨਾ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਨੇ ਹੋਰ ਜਾਣਕਾਰੀ ਦਿੱਤੀ। ਅਟਾਰੀ ਲਾਗੇ ਅੰਮ੍ਰਿਤਸਰ ਡਿਸਟ੍ਰਿਕਟ ਰਿਲੇਟਿਵ ਸਰ ਮਹਾਲੀ ਤੋਂ ਆ ਰਹੇ ਸੀਗੇ ਮਹਾਲੀ ਤੋਂ ਆ ਰਹੇ ਸੀਗੇ ਵਾਪਸ ਅੰਮ੍ਰਿਤਸਰ ਨੂੰ। ਰਸਤੇ ਵਿੱਚ ਇੱਕ ਗਾਂ ਸੀ ਵਾਰਾ ਪਸ਼ੂ, ਉਹਨੂੰ ਬਚਾਉਂਦੇ ਬਚਾਉਂਦੇ ਇੱਕ ਗਾੜੀ ਟਰਾਲੀ ਜਾ ਰਹੀ ਸੀ ਉਹਦੇ ਵਿੱਚ ਵੱਜ ਗਈ ਗੱਡੀ ਗਾਂ ਦਾ ਸੀ ਬ੍ਰੇਕ ਲੱਗਣਾ ਦੀ ਬ੍ਰੇਕ ਲੱਗਣਾ ਤਿੰਨ ਸੀਗੇ ਸਰ ਤਿੰਨਾਂ ਦੀ ਡੈਥ ਹੋ ਗਈ ਸਰ। ਦੋ ਦੇ 30 ਸਾਲ ਦੇ ਸੀਗੇ ਇੱਕ 55 ਸਾਲ ਦੇ ਸੀ। ਮੇਰੇ ਰਿਲੇਟਿਵ ਸੀਗੇ ਇੱਕ ਬਾਕੀ ਪਿੰਡ ਦੇ ਸੀਗੇ। ਇਹ ਸਰ ਰਾਤੀ ਨਾ ਲੰਗੜੋਏ ਤੋਂ ਇੱਧਰ ਨੂੰ ਜਾਂਦੀ ਸੀ ਮਾਹਲੋਂ ਵੱਲ ਨੂੰ ਜਿਹੜੀ GT ਰੋਡ ਹੈ ਮੋਰੇ ਟਰੈਲੀ ਜਾਂਦੀ ਸੀ ਪਿੱਛੇ ਇੱਕ ਐਟਿਗਾ ਗੱਡੀ ਸੀ ਉਹ ਜਿਹੜੀ ਐਟਿਗਾ ਗੱਡੀ ਹੈਗੀ ਉਹਦੇ 'ਚ ਮੁਨੀ ਬਿਆਨ ਲਿਖਾਇਆ ਗਿਆ ਇਹਦੇ ਮੋਰੇ ਇੱਕ ਜਾਨ ਵਾਰਾ ਪਸ਼ੂ ਆ ਗਿਆ ਸੀ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਐਟਿਗਾ ਗੱਡੀ ਉਹ ਬੇਕਾਬੂ ਹੋ ਕੇ ਟਰਾਲੀ ਦੇ ਪਿੱਛੇ ਵੱਜੀ ਡਾਲੇ 'ਚ ਉਹਦੇ ਨਾਲ ਜਿਹੜੀ ਉਹ ਗੱਡੀ ਕਾਫੀ ਨੁਕਸਾਨ ਹੈਗੀ ਅਤੇ ਉਹ ਵਿੱਚ ਸੱਟਾਂ ਗੰਭੀਰ ਲੱਗਣ ਕਰਕੇ ਉਹ 3 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਡੈੱਡ ਬੋਡੀ ਸਿਵਲ ਹਸਪਤਾਲ 'ਚ ਪੋਸਟਮਾਰਟਮ ਵੀ ਰਖਾਤੀ ਗਈਆਂ ਅਤੇ ਕਾਰਵਾਈ 174 CRPC ਮੁਤਾਬਕ ਬਿਆਨ ਹਰਜੀਤ ਸਿੰਘ ਦੇ ਕੀਤੀ ਗਈ। ਹਰਜੀਤ ਸਿੰਘ ਉਹਨਾਂ ਦੇ ਰਿਲੇਟਿਵ ਵੀ ਹੈਗੇ। ਇਹਨਾਂ ਦਾ ਪਿੰਡ ਖਾਸਾ ਜ਼ਿਲ੍ਹਾ ਅੰਮ੍ਰਿਤਸਰ। ਨਵਾਂਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਪੰਜਾਬ ਟੂਡੇ।